ਕਿਆ ਹੀ ਬਾਤਾਂ ਨੇ ਓਏ ਸੱਜਣਾ, ਕਿਆ ਹੀ ਬਾਤਾਂ ਨੇ। ਸਤਿ ਸ਼੍ਰੀ ਅਕਾਲ ਜੀ। ਇੱਕ ਨਾ ਦੀਦੀ ਸਾਡੇ ਕੋਲ ਆਏ ਸੀਗੇ, ਸੋ ਉਹਨਾਂ ਨੂੰ ਇੱਦਾਂ ਸੀਗਾ, ਉਹਨਾਂ ਨੂੰ ਵਿਆਹ ਵਾਲੇ ਦਿਨ ਪਾਉਣ ਲਈ ਡਿਫਰੈਂਟ ਜਿਹਾ ਕਲਰ ਚਾਹੀਦਾ, ਡਿਫਰੈਂਟ ਜਿਹਾ ਕਨਸੈਪਟ ਚਾਹੀਦਾ। ਸੋ ਉਹਨਾਂ ਨੇ ਅਨਾਰਕਲੀ ਲਹਿੰਗਾ ਵਿਦ ਬੋਟਮ ਸਲਵਾਰ ਰੈਡੀ ਕਰਵਾਇਆ। ਅਤੇ ਆਹ ਦੇਖੋ, ਡਿਫਰੈਂਟ ਜੀ ਅਨਾਰਕਲੀ ਆ, ਪੂਰੀ ਅਨਾਰਕਲੀ ਦੇ ਉੱਤੇ ਅਨੀਅਨ ਸ਼ੇਡ ਦੀ ਅਨਾਰਕਲੀ ਦੇ ਉੱਤੇ ਹੈਂਡ ਵਰਕ ਕੀਤਾ ਹੋਇਆ। ਸੋ ਇਹਦੇ ਨਾਲ ਪ੍ਰੋਪਰ ਸੇਮ ਉਹਨਾਂ ਨੇ ਨਾਲ ਲਹਿੰਗਾ ਰੈਡੀ ਕਰਵਾਇਆ। ਸੋ 5.5 meter ਦਾ ਫਲੇਅਰ ਆ ਲਹਿੰਗੇ ਦਾ, ਪ੍ਰੋਪਰ ਲਟਕਣ ਵਗੈਰਾ ਲਗਾ ਕੇ ਉਹਨੂੰ ਆਪਾਂ ਸਟਿਚਿੰਗ ਕਰਕੇ ਦਿੱਤੀ ਆ ਲਹਿੰਗੇ ਨੂੰ, ਆਹ ਵੇਖੋ। ਸੋ ਫਲੇਅਰ ਬਹੁਤ ਸੋਹਣਾ ਬਣਿਆ ਲਹਿੰਗੇ ਦਾ। ਬਾਕੀ ਉਹਨਾਂ ਦੀ ਇੱਕ ਡਿਮਾਂਡ ਹੋਰ ਵੀ ਸੀਗੀ ਕਿ ਜਿੱਦਾਂ ਦਾ ਉਹਨਾਂ ਦਾ ਲਹਿੰਗਾ ਉਹਨਾਂ ਦੇ ਹਸਬੈਂਡ ਲਈ ਸੇਮ, ਉੱਦਾਂ ਦਾ ਸ਼ੋਲ ਪੱਲਾ ਸਟੋਲ ਜਿਹਨੂੰ ਕਹਿ ਦਿੰਦੇ ਆ, ਵੀ ਉਹਨਾਂ ਨੂੰ ਉਹ ਵੀ ਚਾਹੀਦਾ। ਸੋ ਆਪਾਂ ਪ੍ਰੋਪਰ ਸੇਮ ਉਸੇ ਕਲਰ ਦਾ ਉਹਨਾਂ ਨੂੰ ਉਹ ਰੈਡੀ ਕਰਕੇ ਦਿੱਤਾ। ਸੋ ਤੁਸੀਂ ਵੀ ਇੱਦਾਂ ਦੀਆਂ ਚੀਜ਼ਾਂ ਰੈਡੀ ਕਰਵਾ ਸਕਦੇ ਹੋ, ਆਪਣੇ ਔਰਡਰ ਦੀ ਬੁਕਿੰਗ ਕਰਵਾ ਦਿਓ, ਆਪਾਂ ਰੈਡੀ ਕਰ ਦਾਂਗੇ ਤੁਹਾਨੂੰ। ਆਹ ਵੇਖੋ ਜਿਹੜੀ ਉਹਨਾਂ ਨੇ ਸਲਵਾਰ ਰੈਡੀ ਕਰਵਾਈ ਹੈ, ਨਾਲ ਪਿਓਰ ਔਰਗੈਨਜ਼ਾ ਦਾ ਦੁਪੱਟਾ। ਸੋ ਇਹ ਚੀਜ਼ਾਂ ਬਣਨ ਨੂੰ ਟਾਈਮ ਕਾਫੀ ਲੱਗ ਜਾਂਦਾ, ਸੋ ਆਪਣੀ ਬੁਕਿੰਗ ਕਰਵਾ ਦਿਓ।